ਪੁਲਿਸ ਦੀ ਗ੍ਰਿਫਤ ਦੇ ਵਿੱਚ ਹੌਲੀ ਹੌਲੀ ਤੁਰ ਆਉਂਦੇ ਇਸ ਬੰਦੇ ਨੂੰ ਧਿਆਨ ਨਾਲ ਦੇਖੋ। ਇਹ ਉਹੀ ਥਾਣੇਦਾਰ ਸਿਕੰਦਰ ਰਾਜ ਹੈ ਜੋ ਕਿ ਹਲਕਾ ਸਮਰਾਲਾ ਦੇ ਥਾਣੇ ਦੇ ਵਿੱਚ ਤਾਇਨਾਤ ਸੀ। ਇਸ ਜਨਾਬ ਨੂੰ ਖਾਕੀ ਦਾ ਐਸਾ ਨਸ਼ਾ ਚੜ੍ਹਿਆ ਸੀ ਕਿ ਸ਼ਾਇਦ ਇਹ ਰੱਬ ਨੂੰ ਵੀ ਭੁੱਲੀ ਬੈਠਾ ਸੀ, ਅਤੇ ਫਿਰ ਵਰਦੀ ਦੀ ਆੜ ਦੇ ਵਿੱਚ ਰਾਹਾਂ 'ਚ ਫਸੇ ਹੋਏ ਲੋਕਾਂ ਨੂੰ ਇੰਨਾ ਤੰਗ ਕਰਦਾ ਸੀ ਕਿ ਜਿਸ ਦੇ ਬਾਰੇ ਸੁਣ ਕੇ ਤੁਸੀਂ ਵੀ ਇੱਕ ਵਾਰ ਹੈਰਾਨ ਹੋ ਜਾਓਗੇ। ਫਿਰ ਇਸ ਦੀਆਂ ਹਰਕਤਾਂ ਤੋਂ ਤੰਗ ਪਰੇਸ਼ਾਨ ਹੋਏ ਇੱਕ ਮਹਾਤੜ ਜਿਹੇ ਬੰਦੇ ਦੇ ਸਬਰਾਂ ਦਾ ਬੰਨ ਟੁੱਟਿਆ, ਅਤੇ ਫਿਰ ਉਸ ਬੰਦੇ ਨੇ ਇਸ ਥਾਣੇਦਾਰ ਨੂੰ ਐਸਾ ਸਬਕ ਸਿਖਾਇਆ ਕਿ ਹੁਣ ਇਹ ਥਾਣੇਦਾਰ ਮੂਲ ਕੋਈ ਫਿਰਦਾ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਕਿਸੇ ਮਾਮਲੇ ਨੂੰ ਰਫਾ ਦਫਾ ਕਰਨ ਲਈ ਇਸ ਥਾਣੇਦਾਰ ਸਿਕੰਦਰ ਸਿੰਘ ਨੇ 18,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ, ਜਿਸ ਦੇ ਦੋਸ਼ ਹੇਠ ਇਸ ਨੂੰ ਥਾਣਾ ਦੁਰਾਹ ਤੋਂ ਕਾਬੂ ਕੀਤਾ ਹੈ। ਇਹ ਇਸ ਤਰ੍ਹਾਂ ਹੈਗਾ ਕਿ ਰਵਿੰਦਰ ਸਿੰਘ ਨੇ ਸੈਕਟਰ 32A ਚੰਡੀਗੜ੍ਹ ਰੋਡ ਦੇ ਰਹਿਣ ਵਾਲੇ ਔਰ ਮਾਰਚ 2021 ਵਿੱਚ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਨੀਲੋ ਲਾਗੇ ਗੱਡੀਆਂ ਦਾ। ਇਹਨਾਂ ਦਾ ਡਰਾਈਵਰ ਸੀਗਾ ਔਰ ਨਾਲ ਇੱਕ ਹੈਲਪਰ ਸੀਗਾ, ਉਹ ਜਾ ਰਹੇ ਸੀ, ਦੋ ਗੱਡੀਆਂ ਦੀ ਟੱਕਰ ਹੋ ਗਈ ਸੀ ਔਰ ਸੱਟਾਂ ਵੀ ਲੱਗੀਆਂ ਸੀ। ਬਾਅਦ ਵਿੱਚ ਇਹਨਾਂ 'ਤੇ ਪਰਚਾ ਹੋ ਗਿਆ ਸੀ ਔਰ ਬਾਅਦ ਵਿੱਚ ਜਦੋਂ ਮਿਲੇ ਆ ASI ਸਿਕੰਦਰ ਰਾਜ ਸੀਗਾ, ਉਦੋਂ ਲੱਗਾ ਸਮਰਾਲੇ ਥਾਣੇ, ਉਹਨੂੰ ਮਿਲੇ ਆ ਆਪਣੇ ਕੇਸ ਦੇ ਸੰਬੰਧ ਵਿੱਚ। ਉਹਨੇ ਕਿਹਾ ਵੀ ਮੈਂ ਤੁਹਾਡੀ ਹੈਲਪ ਕਰੂੰਗਾ, ਇੱਕ ਜਮਾਨਤ ਵੀ ਕਰਾ ਦਾਂਗੇ, ਨਾ ਤੇਰਾ ਸਮਾਨ ਸਮੂਨ ਜਿਹੜਾ ਗੱਡੀ 'ਚ ਉਹ ਵੀ ਦਵਾ ਦਿੰਦੇ ਹਾਂ, ਤੈਨੂੰ ਮੈਂ ਬਰੀ ਵੀ ਕਰਾ ਦੂੰਗਾ, 20,000 ਰੁਪਇਆ ਮੈਂ ਲਊਂਗਾ। ਉਹਨੇ ਫਿਰ ਜਦ ਕਿਹਾ ਵੀ ਇੰਨੇ ਮੈਂ ਦੇ ਨਹੀਂ ਸਕਦਾ, ਫਿਰ ਉਹ 18,000 'ਚ ਮੰਨ ਗਿਆ ਸੀ, ਪਰ ਬੇਸਿਕਲੀ ਉਹ ਪੈਸੇ ਦੇਣਾ ਨਹੀਂ ਚਾਹੁੰਦਾ ਸੀ। ਉਹਨੇ ਫਿਰ ਰਿਕਾਰਡਿੰਗ ਇਹਦੀ ਕਰ ਲਈ ਸੀ ਔਰ ਉਸ ਤੋਂ ਬਾਅਦ ਉਹਨੇ ਵਿਜੀਲੈਂਸ ਹੈੱਡਕੁਆਰਟਰ ਦਰਖਾਸਤ ਦਿੱਤੀ ਸੀਗੀ। ਉਹਦੀ ਪੜਤਾਲ ਜਦੋਂ ਕੀਤੀ ਗਈ ਹੈ, ਪੜਤਾਲ ਦੇ ਬਾਅਦ ਇਹ ਫਿਰ ਵੈਰੀਫਾਈ ਹਾਲਾਤ ਸਹੀ ਪਾਏ ਗਏ ਔਰ ਉਸ ਤੋਂ ਬਾਅਦ ਹੈੱਡਕੁਆਰਟਰ ਤੋਂ ਅਪਰੂਵਲ ਆਉਣ ਉਪਰੰਤ ਮੁਕੱਦਮਾ ਦਰਜ ਕੀਤਾ ਗਿਆ। ASI ਸਿਕੰਦਰ ਰਾਜ ਜਿਹੜਾ ਕਿ ਹੁਣ ਦਰਾਹੇ ਥਾਣੇ ਲੱਗਾ ਹੋਇਆ, ਇਹਨੂੰ ਅੱਜ ਉੱਥੋਂ ਦਰਾਹੇ ਥਾਣੇ ਤੋਂ ਹੀ ਵਿਜੀਲੈਂਸ ਟੀਮ ਨੇ ਅਰੈਸਟ ਕੀਤਾ ਹੈਗਾ। ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਵਿਖੇ ਮੁਕੱਦਮਾ ਦਰਜ ਕਰਤਾ ਗਿਆ, ਕੱਲ੍ਹ ਨੂੰ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਥਾਣੇਦਾਰ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ। ਹਕੀਕੀ TV ਪੰਜਾਬੀ ਲਈ ਦੁਰਾਹਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।